हाँ जी वाहेगुरु जी का खालसा श्री वाहेगुरु जी की फतेह। आ बंदा है जी जिन्हें साइप्रस से मैनू रोटी दिती सी जी, काम मिला सी इहनू, ठीक है, काम मैनू दवाया ते मैं उस काम तो अपना कर्जा जिहड़ा ना पूरा लाया सी आपदे घर दा जी, ते मैनू याद है। ते ओह आ बंदा जी जिंदी हमेशा मैं वीडियो दे विच गल्लां करदा हुंदा कि उस बंदे नाल तुहानू मैं जरूर मिलावांगा जिन्हें लाइक अपने अपना अपनी रोजी छड के ना जी मतलब तो मैनू रोजी दिती, ठीक है। कई हुंदे चलो घरों चंगे हुंदे आ, वाहेगुरु की कृपा हुंदी है, सो बट अपनी रोटी रोटी कोई भी नहीं छड़ता। सो इस बंदे ने अपनी रोटी छड के ते मेरे मेरा साथ दिता, मेरी बहुत हैल्प की, इतने पूरे 3 साल 4 साल साइप्रस दे विच रहे हैं, पूरी हैल्प की। तो अज फिर इन स्पैशल आप मिलन आए हैं 3.5 साल बाद, तो साइप्रस दी जो गल्लां बातें है आप ब्लॉग में मैं कंटिन्यू कराँगा, बाद चो इन्ना टाइम नहीं हुंदा ते सारियां गल्लां बातें दसांगे भरा बारे। सो जो रोटी दी अपने कई चले गए। बाकी आ तुसी जिहड़ा व्यू देख पा रहे हो ना, ये सारा लिमासोल दा व्यू है जी, ते बहुत सोहना शहर हैगा। अगर कोई भी स्टूडेंट आंदा या कोई वर्किंग वीजे ते आंदा ते आपदा लिमासोल घूम के जावो, बहुत सोहना हैगा। ते बाकी साइप्रस कंट्री माड़ी नहीं हैगी, रूल्स एंड रेगुलेशन सब कुछ ओके, एयरपोर्ट है वधिया है। ਆਪਸ਼ਨ ਹੀ ਗਿਆ ਵਰਕ ਦੀਆਂ, ਪਰ ਹੁਣ ਤੇ ਕੋਈ ਆਪਸ਼ਨ ਨਹੀਂ ਆ, ਹੁਣ ਜਿੱਥੇ ਮਰਜ਼ੀ ਕੰਮ ਕਰ ਸਕਦਾ ਸਟੂਡੈਂਟ ਹੋਵੇ ਭਾਵੇਂ ਜਿਹੜਾ ਮਰਜ਼ੀ ਹੋਵੇ, ਹੁਣ ਹਰ ਇੱਕ ਜਗ੍ਹਾ ਤੇ ਕੰਮ ਕਰ ਸਕਦਾ। ਓਕੇ ਠੀਕ ਹੈ, ਬਸ ਲੀਗਲ ਪੇਪਰ ਹੋਣੇ ਚਾਹੀਦੇ ਆ। ਬਸ ਅਗਰ ਤੁਹਾਡੇ ਕੋਲ ਲੀਗਲ ਪੇਪਰ ਨੇ ਸਾਈਪ੍ਰਸ ਤੁਸੀਂ ਵਧੀਆ ਕੰਮ ਕਰ ਸਕਦੇ ਹੋ, ਕੋਈ ਚੱਕਰ ਨਹੀਂ। ਤਨਖਾਹਾਂ ਤਨਖਾਹਾਂ ਕਿਵੇਂ ਨਹੀਂ ਹੋਣਾ ਚ ਰੈਸਟੋਰੈਂਟ ਚ ਵਧੀਆ ਤਨਖਾਹਾਂ ਬਈ, ਹੁਣ ਤੇ ਪਹਿਲਾਂ ਤੇ 600 700 ਤੋਂ ਉੱਤੇ ਨਹੀਂ ਮਿਲਦਾ, ਹੁਣ ਤੇ 1200 1300 ਡਿਲੀਵਰੀ ਵਾਲੇ ਮੁੰਡੇ ਕਈ ਇਹੋ ਜਿਹੇ ਵੀ ਹੈਗੇ ਆ ਜਿਹੜੇ ਚਾਰ ਕਮਾਉਂਦੇ ਆ ਇੱਥੇ। ਹਾਂਜੀ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ, ਹਾਂ ਮੈਂ ਤੁਹਾਨੂੰ ਦੱਸਿਆ ਸੀ ਡਿਲੀਵਰੀ ਦੇ ਕੰਮ ਦੇ ਵਿੱਚ ਮੁੰਡੇ 3-3, 4-4 ਹਜ਼ਾਰ ਯੂਰੋ ਵੀ ਕਮਾਉਂਦੇ ਪਏ ਨੇ, ਜਿਹੜੀਆਂ ਡਬਲ ਡਬਲ ਸ਼ਿਫਟਾਂ ਲਾਉਂਦੇ ਨੇ। ਤੁਸੀਂ ਆਪਦੇ ਬੌਸ ਆਪ ਜੇ, ਕੋਈ ਤੁਹਾਡੇ ਸਿਰ ਤੇ ਬੌਸ ਨਹੀਂ, ਕੋਈ ਬੌਸ ਨਹੀਂ ਹੈਗਾ। ਤੇ ਬੜੀ ਵਧੀਆ ਗੱਲ ਹੈ, ਤੁਸੀਂ ਮਤਲਬ ਹੁਣ ਸਾਈਪ੍ਰਸ ਉਦਾਂ ਦੀ ਕੰਟਰੀ ਨਹੀਂ, ਸਿਰਫ ਇੱਥੇ ਇੱਕ ਕਮੀ ਹੈ, ਪੇਪਰ ਨਹੀਂ ਬੰਦੇ ਨਾ, ਲੋਕੀ ਆਪਣੇ ਮਾਰ ਖਾਂਦੇ ਆ ਤੇ ਪੇਪਰਾਂ ਉਪਰਾਂ ਤੱਕ ਫਿਰ ਚ ਬਣਾਣੇ। ਹੁਣ ਤਾਂ ਹੁਣ ਕੀ ਸਿਸਟਮ ਚੱਲਦਾ, ਹੁਣ ਹਜੇ ਫਿਲਹਾਲ ਕੁਝ ਵੀ ਨਹੀਂ, ਅਜੇ ਕੁਝ ਵੀ ਨਹੀਂ ਚੱਲਦਾ। ਠੀਕ ਹੈ ਠੀਕ ਹੈ, ਚਲੋ ਆਈ ਹੋਪ ਤੁਹਾਨੂੰ ਜਿਹਨੇ ਇੱਥੋਂ ਆ ਕੇ ਆਪਣਾ ਬੇਸ ਸਟਰੋਂਗ ਕਰਕੇ ਗਾਂ ਕਿਸੇ ਹੋਰ ਵੱਡੀ ਕੰਟਰੀ 'ਚ ਜਾਣਾ ਜਾਂ ਕੁਛ ਕਰਨਾ, ਉਹਦੇ ਵਾਸਤੇ ਵੀ ਵਧੀਆ ਓਪਰਚੁਨਿਟੀ। ਨਹੀਂ ਸਾਈਪ੍ਰਸ ਉਹਨਾਂ ਵਾਸਤੇ ਤਾਂ ਬਹੁਤ ਵਧੀਆ ਜਿਹੜੇ ਇੱਥੇ ਆਣ, 3-4 ਸਾਲ ਰਹਿਣ, ਆਪਦਾ ਬੇਸ ਸਟਰੋਂਗ ਹੋ ਜਾਏਗਾ, ਆਪਦਾ ਹੀ ਕਮਾਣ, ਆਪਦਾ ਹੀ ਪੈਸੇ ਲਾ ਕੇ ਗਾਂ ਕਿਤੇ ਹੋਰ ਵੱਡੀ ਕੰਟਰੀ 'ਚ ਅਗਲੀ ਜਿੱਥੇ ਵੀ ਜਾਣਾ ਬੰਦੇ, ਕਿਉਂਕਿ ਓਪਰਚੁਨਿਟੀਜ਼ ਬਹੁਤ ਹੈਗੀਆਂ ਨੇ ਸਾਈਪ੍ਰਸ ਤੋਂ ਸ਼ੈਂਗਨ 'ਚ। ਬੰਦਾ ਦੇ ਵਿੱਚ ਵਿੱਚ ਇੱਥੋਂ ਮੇਰੇ ਆਪਦੇ ਨੌਨ ਬਹੁਤ ਆ ਜਿਹੜੇ ਕਿਸੇ ਡਾਇਰੈਕਟ ਕੈਨੇਡਾ ਗਏ ਆ। ਓਕੇ ਓਕੇ, ਡਾਇਰੈਕਟ ਕੈਨੇਡਾ ਗਏ ਨੇ। ਹਾਂ ਠੀਕ ਹੈ ਠੀਕ ਹੈ, ਮੈਂ ਉਹੀ ਹੈ ਨਾ ਜਿੱਦਾਂ ਮੈਂ ਤੁਹਾਨੂੰ ਸਮਝਾਉਣਾ ਕਿ ਤੁਸੀਂ ਸਾਈਪ੍ਰਸ ਤੋਂ ਸ਼ੈਂਗਨ 'ਚ ਜਾਣਾ ਬਹੁਤ ਸੌਖਾ ਹੈਗਾ ਅਤੇ ਬਟ ਹੁਣ ਜਿਵੇਂ ਇਕਰਾਂਤ ਵੀਰ ਦੱਸ ਰਿਹਾ ਕਿ ਤੁਸੀਂ ਕੈਨੇਡਾ ਵੀ ਮੂਵ ਹੋ ਸਕਦੇ ਹੋ, ਬਟ ਚਲੋ ਆਪਣੀਆਂ ਪ੍ਰੋਫਾਈਲ ਨੂੰ ਵਧੀਆ ਰੱਖੋ, ਸਭ ਨਾਲੋਂ ਮੇਨ ਗੱਲ ਇਹ ਹੈ ਕਿ ਪ੍ਰੋਫਾਈਲ ਵਧੀਆ ਤਾਂ ਤੁਸੀਂ ਕਿਤੇ ਦਾ ਵੀ ਆਪਣਾ ਟੂਰਿਸਟ ਵੀਜ਼ਾ ਜਾਂ ਆਪਣਾ ਵਰਕ ਵੀਜ਼ਾ ਲੈ ਕੇ ਤੁਸੀਂ ਜਾ ਸਕਦੇ ਹੋ। ਠੀਕ ਹੈ, ਬਾਕੀ ਚਲੋ ਵਧੀਆ ਲੱਗਿਆ ਵੀਰ, ਅਤੇ ਬਾਈ ਨੂੰ ਮੈਂ 3.5 ਸਾਲ ਬਾਅਦ ਮਿਲਿਆ ਅਤੇ ਜਿੰਨੀ ਵੀ ਹੈਲਪ ਹੋਈ ਹੈ ਨਾ, ਇੱਥੇ ਲਿਮਾਸੋਲ 'ਚ 4 ਸਾਲ ਰਹੇ ਹਾਂ, ਬਾਕੀ ਹੋਰ ਵੀ ਨਾਲ ਮੁੰਡੇ ਹੈਗੇ ਸੀ ਅਤੇ ਫੋਟੋ ਮੈਂ ਨਾਲ ਅਟੈਚ ਕਰਾਂਗਾ ਇੱਕ ਮੁੰਡੇ ਦੀ ਹੋਰ, ਅਤੇ ਉਹ ਵੀ ਬੰਦੇ ਨਾਲ ਆਪਾਂ ਸਾਥ ਬੜਾ ਸਾਥ ਰਹੇ, ਇਕੱਠੇ ਰਹੇ ਹਾਂ ਅਤੇ ਜਿੰਨੇ ਕੰਮ ਕਾਰ ਕੀਤੇ ਸਾਰਿਆਂ ਨੇ ਇਕੱਠੇ ਕੀਤੇ, ਇਕੱਠੇ ਰਹੇ ਹਾਂ ਜੀ। ਅਤੇ ਉਵੇਂ ਬਸ ਇੱਥੇ ਤੁਸੀਂ ਆਵੋ, ਸਟੂਡੈਂਟ ਜਦੋਂ ਵੀ ਆਉਂਦਾ ਨਾ ਇਕੱਠੇ ਰਹਿ ਕੇ ਆਪਦਾ ਕੰਮ ਕਰੋ ਅਤੇ ਆਪਦੇ 4 ਪੈਸੇ ਕਮਾਓ ਅਤੇ ਆਪਦੇ ਘਰਦਿਆਂ ਦੇ ਜਿਹੜਾ ਨਾਮ ਰੋਸ਼ਨ ਕਰੋ। ਸਾਈਪ੍ਰਸ ਮਾੜੀ ਕੰਟਰੀ ਨੇ ਕਿ ਸਾਈਪ੍ਰਸ ਬਹੁਤ ਸੋਹਣੀ ਕੰਟਰੀ ਹੈ। ਹੁਣ ਆਪਾਂ ਚੱਲ ਰਹੇ ਹਾਂ ਬੀਚ 'ਤੇ ਜਾ ਕੇ ਘੁੰਮਾਂ ਫਿਰਾਂਗੇ, ਇੱਥੇ ਥੋੜ੍ਹਾ ਜਿਹਾ ਵਲੋਗ ਬਣਾਵਾਂਗੇ ਅਤੇ ਫਿਰ ਆਪਣੀ ਕੱਲ੍ਹ ਦੀ ਵਾਪਸੀ ਹੈ ਗ੍ਰੀਸ 'ਤੇ। ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਜੇ, ਵੀਡੀਓ ਲਾਈਕ ਕਰ ਦਿਆ ਜੇ, ਅਤੇ ਬਾਕੀ ਤੁਹਾਨੂੰ ਪਤਾ ਹੀ ਹੈ ਜੀ ਪਿਆਰ ਜ਼ਰੂਰ ਬਖਸ਼ਣਾ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਜੀ।